देश भर से किसान खेती बाड़ी दे जिहड़े कानून है उस नूं बने एक साल हो गए उस दे विरोध दे विच एक उहदी कापियां साड़ी जा रही है। तुसीं देख रहे हो कापियां किसानां वल्लों साड़ी जा रही है कानून दीआं। पंजाब दे विच वख-वख शहरां च किसानां दा प्रदर्शन है। काले कानून इन्हां दी इक्को मंग है रद्द करने चाहीदे हैं। उसकी कापियां साड़ के किसानां वल्लों विरोध प्रगट किया जा रहा है। वख-वख किसान जथेबंदियां वल्लों ये विरोध किया जा रहा है। किसानां नाल गलबात कर साडा काले कानूनां दा विरोध है। जिहड़े आर्डीनेंस पास करे सी 5 जून ਉਹਦੇ ਵਿਰੋਧ ਦੇ ਵਿੱਚ ਅਸੀਂ ਹੈ ਉਹਦੀਆਂ ਆਰਡੀਨੈਂਸ ਦੀਆਂ ਕਾਪੀਆਂ ਫੂਕ ਰਹੇ ਹਾਂ ਜੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਦੇ ਕਿਸਾਨ ਮਜ਼ਦੂਰ ਬੀਜੇਪੀ ਦੇ ਘਰਾਂ ਦੇ ਅੱਗੇ ਅਤੇ ਜਿੱਥੇ ਵੀ ਵੱਡੇ ਅਦਾਰੇ ਨੇ ਇਹਨਾਂ ਵਿਭਾਗਾਂ ਦੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਸੀ ਇਹ ਜਿਹੜੇ ਅੱਜ ਆਰਡੀਨੈਂਸ ਬਿੱਲਾਂ ਦੀਆਂ ਕਾਪੀਆਂ ਫੂਕ ਰਹੇ ਹਾਂ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਤੁਹਾਡਾ ਬਾਈਕਾਟ ਆ। ਜਿਹੜਾ ਵੀ ਲੀਡਰ ਇਹਨਾਂ ਕਾਲੇ ਕਾਨੂੰਨਾਂ ਦੀ ਹਮਾਇਤ 'ਚ ਆ ਅਸੀਂ ਉਹਨਾਂ ਸਾਰਿਆਂ ਦਾ ਘਰਾਉ ਕਰਾਂਗੇ। ਉਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਪੂਰਨ ਤੌਰ ਤੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦਾ ਹੋਵੇ ਅਸੀਂ ਹਰੇਕ ਦਾ ਵਿਰੋਧ ਕਰਨ ਦੇ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ। ਅੱਜ 5 ਜੂਨ ਦਾ ਇਸ ਕਰਕੇ ਇਹਦੇ ਇਕੱਠੇ ਹੋਏ ਹਾਂ ਕਿਉਂਕਿ ਸਾਨੂੰ ਮੋਦੀ ਨੇ ਸਾਡੇ ਨਾਲ 5 ਜੂਨ ਨੂੰ ਸਾਡੇ ਤੇ ਇਹ ਕਾਲੇ ਕਾਨੂੰਨ ਥੋਪੇ ਸੀ ਔਰ ਅਜੇ ਸੰਯੁਕਤ ਮੋਰਚੇ ਵੱਲੋਂ ਅਸੀਂ ਇਹ ਸਾਰੀ ਕੌਲ ਤੇ ਅਸੀਂ ਜਿਹੜੇ ਬੀਜੇਪੀ ਦੇ ਹੈਗੇ ਨੇ ਲੀਡਰ ਉਹਨਾਂ ਦਾ ਵੀ ਘਰਾਓ ਕਰਨਾ ਸਾਰੇ ਪੰਜਾਬ ਦੇ ਵਿੱਚ। ਅਸੀਂ ਅੱਜ ਇੱਥੇ ਸਾੜ ਕੇ ਮੋਦੀ ਨੂੰ ਦੱਸਿਆ ਵੰਗਾ ਰਿਹਾ ਹੈ ਵੀ ਅਸੀਂ ਤੇਰੇ ਦਬਣਾ ਨਹੀਂ ਹੈਗਾ ਤੇਰੇ ਤੋਂ। ਜੀ ਸਾਡਾ ਕਹਿਣਾ ਹੈ ਜੀ ਦੇਖੋ ਜਨਤਾ ਨੂੰ ਬਹੁਤ ਤੰਗ ਕਰ ਰਿਹਾ ਮੋਦੀ ਸਰਕਾਰ ਜਿਹੜੀ ਹੈ ਇਹ ਜਿਹੜੇ ਉਹ ਜਿਵੇਂ ਨੇ ਬੱਕਰੀ ਦੁੱਧ ਦੇਣ ਦੀ ਮੰਗਣਾ ਪਾ ਕੇ ਇਹਨੇ ਕਾਨੂੰਨ ਲਾਗੂ ਕੈਂਸਲ ਵੀ ਕਰਨੇ ਨੇ ਉਹ ਬੱਕਰੀ ਵਾਲੀ ਗੱਲ ਬਣਨੀ ਸਾ ਇਹਨਾਂ ਨੂੰ ਡੰਗ ਕਢਾ ਦੇਣੇ ਨੇ। ਜਨਤਾ ਜੋ ਖੁੱਲ ਕੇ ਆ ਗਈ ਬਾਜ਼ਾਰਾਂ ਦੇ ਉੱਤੇ ਇਹਦੇ ਉੱਤੇ ਕਿੰਨੇ ਕੋਈ ਮਾਰ ਲੈਣਗੇ ਕੀ ਪੱਜ ਲਾ ਲੈਣਗੇ ਘੜੀ ਬੁੜੀ। ਇਹ ਲੋਕ ਤੰਗ ਹੋ ਕੇ ਅੱਗੇ ਇੰਨਾ ਕੰਮ ਦਾ ਜ਼ੋਰ ਹੈ ਅਤੇ ਲੋਕ ਵਿਚਾਰੇ ਰੋਂਦੇ ਪੈਣੇ ਨੇ ਇਹਨਾਂ ਤੋਂ ਜਿੰਨਾ ਕੁ ਕਰ ਰਹੀ ਜਨਤਾ ਇਹਨਾਂ ਦਾ ਕੋਈ ਭਗਤੀ ਵਾਲੀ ਗੱਲ ਨਹੀਂ ਤਾਂ ਫਿੜਕਾ ਹੀ ਮਾਰ ਦੇਣੇ ਇਹਨਾਂ ਇਹ ਸਰਕਾਰ ਦੀਆਂ ਸਰਕਾਰਾਂ ਨੇ ਇਹ ਰਾਜੇ ਕਾਹਦੇ ਨੇ ਇਹ ਜਨਤਾ ਦੀ ਮੰਨਦੇ ਨਹੀਂ ਜਨਤਾ ਤਾਂ ਵਿਚਾਰੀ ਕੰਤਾ ਜੋ ਮੈਂ ਜੋ ਸਾਰੇ ਦੱਸ ਰਹੇ ਇਹਨੂੰ ਪਿੰਡਾਂ 'ਚ ਅਸੀਂ ਵੜਨ ਨਹੀਂ ਦੇਣਾ। ਕਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਇਹਨਾਂ ਨੂੰ ਚਾਹੀਦਾ ਸਾਡੇ ਭਰਾ ਨੇ ਸਾਡੇ ਬੱਚੇ ਨੇ ਇਹ ਦੇਸ਼ ਦੇ ਜਿਹੜਾ ਇੱਕ ਅੰਨਦਾਤਾ ਇੱਕ ਪਾਸਿਓਂ ਕਹਿ ਰਹੇ ਨੇ ਅਤੇ ਇੱਕ ਪਾਸੇ ਇਹਨਾਂ ਨੂੰ ਮਿੱਟੀ 'ਚ ਮਿਲਾ ਰਹੇ ਨੇ। ਅੱਜ ਜਿਹੜਾ ਇਹ ਸੰਯੁਕਤ ਮੋਰਚੇ ਦਾ ਸੱਦਾ ਸੀ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਆ 5 ਜੂਨ ਨੂੰ ਜਿਹੜੇ ਆਰਡੀਨੈਂਸ ਲੈ ਕੇ ਆਏ ਸੀ ਮੋਦੀ ਗੌਰਮੈਂਟ ਇਹਦੀਆਂ ਕਾਪੀਆਂ ਸਾੜੀ ਜਾ ਰਹੇ ਨੇ ਜਿਸ ਦੇ ਰੋਸ ਵਜੋਂ ਅਸੀਂ ਵੀ ਸਮਾਣਾ ਬਲਾਕ ਦੇ ਵਿੱਚ ਅਸੀਂ 32 ਜਥੇਬੰਦੀਆਂ ਦੇ ਸੰਗਠਨ ਵੱਲੋਂ ਅੱਜ ਇਹ ਰੋਸ ਕਰ ਰਹੇ ਹੈਗੇ ਹਾਂ। ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਸੰਘਰਸ਼ ਆ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਤਾਂ ਇਹੀ ਕਹਿਣਾ ਵੀ 1 ਸਾਲ ਹੋ ਗਿਆ ਜੀ ਪਿਛਲੇ ਸਾਲ 5 ਜੂਨ ਨੂੰ ਇਹ ਕਾਨੂੰਨ ਬਣਾਏ ਤੇ ਜੀ ਇਹਨਾਂ ਨੇ ਅੱਜ 1 ਸਾਲ ਹੋਣ ਤੇ ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ ਸੱਦੇ ਤੇ ਅਸੀਂ ਸਮਾਣਾ SDM ਦਫ਼ਤਰ ਦੇ ਸਾਹਮਣੇ ਇਹ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਨੇ। ਜਦੋਂ ਸਾਨੂੰ ਕਾਨੂੰਨ ਮਨਜ਼ੂਰੇ ਨਹੀਂ ਹਨ ਜੀ ਇਹ ਸਾਡੇ ਦੇ ਕਿਉਂ ਕਿਸਾਨਾਂ ਤੇ ਜ਼ਬਰਦਸਤੀ ਕਿਉਂ ਮੋਦੀ ਸਰਕਾਰ ਸਾਡੇ ਤੇ ਥੋਪ ਰਹੀ ਹੈ। ਅਸੀਂ ਇਹ ਕਾਨੂੰਨ ਤਾਂ ਜਿੰਨਾ ਚਿਰ ਰੱਦ ਨਹੀਂ ਹੁੰਦੇ ਅਸੀਂ ਸੰਘਰਸ਼ ਇਦੋਂ ਵੀ ਹੋਰ ਵੀ ਤੇਜ਼ ਕਰਾਂਗੇ ਜੀ। ਅੱਜ ਜੀ ਸਾਡੇ ਕਿਸਾਨਾਂ ਨੂੰ ਪਿਛਲੇ 1 ਸਾਲ ਤੋਂ ਖੇਤੀ ਕਾਨੂੰਨ ਜਿਹੜੇ ਲਿਆਂਦੇ ਨੇ 5 ਜੂਨ ਤੋਂ ਉਹਨਾਂ ਦਾ ਸਾਰੇ ਦੇਸ਼ ਦੀ ਕਿਸਾਨੀ ਵਿਰੋਧ ਕਰ ਰਹੀ ਹੈ। 6 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਦਿੱਲੀ 'ਚ ਬੈਠਿਆਂ ਨੂੰ, ਸਰਕਾਰ ਬਿਲਕੁਲ ਵੀ ਉਹਦਾ ਧਿਆਨ ਨਹੀਂ ਕਰ ਰਹੀ। ਸਰਕਾਰ ਨੂੰ ਅਸੀਂ ਪਹਿਲਾਂ ਤਾਂ ਬੇਨਤੀਆਂ ਬਥੇਰੀਆਂ ਕਰ ਚੁੱਕੇ ਹਾਂ ਪਰ ਹੁਣ ਨਹੀਂ ਲੱਗਦਾ ਵੀ ਸਰਕਾਰ ਬੇਨਤੀਆਂ ਨਾਲ ਸੂਤ ਆਊਗੀ। ਇਸ ਲਈ ਸਾਨੂੰ ਹੁਣ ਆਪਣੀ ਲੜਾਈ ਕਰਨੀ ਹੋ ਕੇ ਘਰਾਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਮੰਤਰੀਆਂ ਨੂੰ ਘੇਰਨ ਤੱਕ ਜੇ ਇੱਥੇ ਜਾ ਕੇ ਕਰਾਂਗੇ ਤਾਂ ਸਾਡੀ ਲੜਾਈ ਕਿਸੇ ਬੰਨੇ ਲੱਗੂਗੀ। ਜੋ ਇਸ ਸਰਕਾਰ ਦੇ BJP ਦੇ ਮੰਤਰੀ ਨੇ ਜਿਹੜੀ ਇਸ ਕਾਨੂੰਨਾਂ ਕਾਲੀ ਕਾਨੂੰਨਾਂ ਦੇ ਨਾਲ ਸੰਬੰਧਿਤ ਹੈ ਉਸ ਦੇ ਮੰਤਰੀਆਂ ਨੂੰ ਘੇਰਾਂਗੇ। ਕੋਈ ਵੀ ਹੋਵੇ ਬਿਸ਼ੱਕ ਜੀ ਜੋ ਇਹ ਕਾਲੇ ਕਾਨੂੰਨਾਂ ਦੀ ਮਦਦ ਕਰਦਾ ਉਹਨੂੰ ਘੇਰਾਂਗੇ। ਜਿਹੜਾ ਕੋਈ ਕਾਲੇ ਕਾਨੂੰਨਾਂ ਇਹਨਾਂ ਕਾਨੂੰਨਾਂ ਸਾਡੀ ਸਪੋਰਟ ਕਰਦਾ ਉਸ ਨੂੰ ਅਸੀਂ ਜੀ ਆਇਆਂ ਕਹਾਂਗੇ। ਇਹ ਕਾਪੀਆਂ ਹੀ ਸਾਨੂੰ ਮਤਲਬ ਜਿਹੜੇ ਇਹ ਕਾਨੂੰਨ ਲਿਆਉਂਦੇ ਨੇ ਇਹਨਾਂ ਨੂੰ 1 ਸਾਲ ਹੋ ਚੁੱਕਿਆ। ਉਸ ਦਿਨ ਦੇ ਵਿਰੋਧ ਦੇ ਕਰਨ ਵਾਸਤੇ ਅਸੀਂ ਅੱਜ SDM ਦੇ ਬਾਹਰ ਮੂਹਰੇ ਕਾਨੂੰਨ ਦੀਆਂ ਕਾਪੀਆਂ ਸਾੜ ਰਹੇ ਹਾਂ। 6 ਮਹੀਨੇ ਤੋਂ ਉੱਪਰ ਹੋ ਗਏ ਸਾਨੂੰ ਦਿੱਲੀ ਬੈਠਿਆਂ ਨੂੰ, 400 ਤੋਂ ਉੱਪਰ ਸਾਡੇ ਜਿਹੜੇ ਸਾਥੀ ਨੇ ਉਹ ਸ਼ਹੀਦ ਹੋ ਗਏ ਨੇ। ਸਰਕਾਰ ਅੰਨੀ ਬੋਲੀ ਜਿਹੜੀ ਇਹਦੇ ਕੰਨਾਂ ਤੱਕ ਜੂ ਨਹੀਂ ਸਰ ਗਈ। ਇਸ ਕਰਕੇ ਹੁਣ ਜਿਹੜਾ ਸਾਡਾ ਸੰਘਰਸ਼ ਹੈ ਇਹ ਹੋਰ ਕਰੜਾ ਹੋ ਕੇ ਅਸੀਂ ਭਖਾਵਾਂਗੇ ਔਰ ਇਹ ਦਿੱਲੀ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਵੀ ਕਾਲੇ ਕਾਨੂੰਨ ਵਾਪਸ ਕਰਾ ਕੇ ਰਹਾਂਗੇ। ਮੈਂ ਵੀ ਇਹ ਕਹਿਣਾ ਜੀ ਵੀ ਅੱਜ 5 ਤਰੀਕ ਹੈ, 5 ਨੂੰ ਇਹ ਕਾਨੂੰਨ ਲਾਗੂ ਹੋਏ। ਅੱਜ ਅਸੀਂ ਉਸ ਸਾਲ ਤੋਂ ਬਾਅਦ ਇਹੀ ਉਹੀ ਕਾਨੂੰਨਾਂ ਦੀਆਂ ਕਾਪੀਆਂ ਛੱਡ ਰਹੇ ਹਾਂ।
ਪਹਿਲਾਂ ਵੀ ਲਗਾਤਾਰ ਕਈ ਵਾਰੀ ਸਾੜੀਆਂ ਗਈਆਂ ਨੇ। ਇਸ ਕਰਕੇ ਸਾਨੂੰ 6 ਮਹੀਨੇ ਆਪਣਾ ਬਾਰਡਰ ਘੇਰਿਆਂ ਨੂੰ ਹੋ ਗਏ, ਸਾਡੀ ਕੋਈ ਸੁਣਵਾਈ ਨਹੀਂ, ਅਸੀਂ ਅਮਨ ਚੈਨ ਨਾਲ ਬੈਠੇ ਹਾਂ, ਅਮਨ ਨਾਲ ਕਰਦੇ ਰਹਾਂਗੇ। ਪਰ ਮਜਬੂਰ ਹੋ ਕੇ ਸਾਨੂੰ ਹੁਣ ਆਹ ਇਲੈਕਸ਼ਨ ਆਉਣ ਵਾਲੀ ਹੈ, ਬੀਜੇਪੀ ਦੇ ਮੰਤਰੀਆਂ ਨੂੰ ਬੀਜੇਪੀ ਨੂੰ ਖੁਦ ਘੇਰਾਂਗੇ, ਬਾਹਰ ਨਹੀਂ ਨਿਕਲ ਦੇਵਾਂਗੇ। ਇਸ ਕਰਕੇ ਸਾਡੀ ਇਹ ਜਦੋਂ ਜਹਿਦ ਹੈ ਪੂਰੀ ਲਗਾਤਾਰ ਚੱਲ ਰਹੀ ਹੈ, ਕਿਉਂਕਿ ਮੋਦੀ ਹਾਲੇ ਟਸ ਤੋਂ ਮਸ ਨਹੀਂ ਹੋ ਰਿਹਾ, ਉਹਦੀਆਂ ਚੋਣਾਂ 'ਚ ਹਾਰ ਵੀ ਹੋ ਗਈ। ਆਉਣ ਵਾਲਾ ਸਮਾਂ ਹੁਣ ਦੇਖੋ, ਚੋਣਾਂ ਯੂਪੀ 'ਚ ਹੋਣਗੀਆਂ, ਪੰਜਾਬ 'ਚ ਹੋਣਗੀਆਂ, ਇੱਥੇ ਇਹਦਾ ਬਿਸਤਰਾ ਗੋਲ ਕਰਕੇ ਛੱਡਾਂਗੇ। ਸੰਯੁਕਤ ਮੋਰਚੇ ਵੱਲੋਂ ਸੰਪੂਰਨ ਕ੍ਰਾਂਤੀ ਦਿਵਸ ਮਨਾਇਆ ਜਾ ਰਿਹਾ ਹੈ ਕਾਲੇ ਕਾਨੂੰਨਾਂ ਦੇ ਖਿਲਾਫ਼। 5 ਜੂਨ ਨੂੰ ਇਹ ਆਰਡੀਨੈਂਸ ਲਿਆਂਦੇ ਗਏ ਅਤੇ ਅੱਜ 5 ਜੂਨ ਹੋ ਗਈ, 1 ਸਾਲ ਪੂਰਾ ਹੋ ਗਿਆ। ਜਦੋਂ ਕਿ ਸਾਡੇ ਕਿਸਾਨ 6 ਮਹੀਨੇ ਤੋਂ ਵੱਧ ਸਮੇਂ ਦਿੱਲੀ ਦੀਆਂ ਦੂਰਾਂ 'ਤੇ ਬੈਠੇ ਹਨ ਅਤੇ ਸੰਘਰਸ਼ 9 ਮਹੀਨੇ ਤੋਂ ਵੱਧ ਦਾ ਚੱਲ ਰਿਹਾ, ਪਰ ਮੋਦੀ ਦੇ ਕੰਨ 'ਤੇ ਜੂ ਨਹੀਂ ਸਰਕੀ। ਇਸ ਕਰਕੇ ਇਹਨੂੰ ਤੇਜ਼ ਕਰਨ ਦੇ ਲਈ ਮੋਦੀ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਂਦਾ। ਜਿੱਥੇ ਕੋਈ ਲੀਡਰ ਨਹੀਂ, MLA ਨਹੀਂ, MP ਨਹੀਂ ਹੈਗਾ, ਉੱਥੇ ਸਬ ਡਿਵੀਜ਼ਨ ਪੱਧਰ 'ਤੇ ਜਾ ਕੇ ਅਸੀਂ ਉਹਨਾਂ ਦੇ ਕਾਲੇ ਕਾਨੂੰਨ ਕਾਪੀਆਂ ਨੇ ਜਿਹੜੇ ਫੂਕਾਂਗੇ, ਫੂਕ ਵੀ ਰਹੇ ਹਾਂ। ਇਸ ਕਰਕੇ ਅੱਜ ਸੰਘਰਸ਼ ਮੋਰਚੇ ਵੱਲੋਂ ਸੰਯੁਕਤ ਸੰਘਰਸ਼ ਮੋਰਚੇ ਕਿਸਾਨ ਅੱਜ ਕਾਲੇ ਕਾਨੂੰਨਾਂ ਦੇ ਕਾਪੀਆਂ ਸਾੜੀਆਂ ਜਾ ਰਹੀਆਂ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਵਿਧਾਨ ਸਭਾ ਚੋਣਾਂ ਵੱਖ ਵੱਖ ਰਾਜਾਂ 'ਚ ਹੋਣੀਆਂ, ਕਿਸਾਨਾਂ ਦਾ ਗੁੱਸਾ ਦੇਖਿਆ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਾਨੂੰਨ ਰੱਦ ਕਰੇ, ਨਹੀਂ ਤਾਂ 2022 ਦੀ ਚੋਣ ਹੈ, ਉਸ ਦੇ ਵਿੱਚ ਇਸ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕੈਮਰਾਮੈਨ ਬਾਲ ਕ੍ਰਿਸ਼ਨ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।